ਉੱਧਰ ਨਹੀਂ ਸਰ, ਉੱਧਰ ਆਡਾ ਤਾਂ ਬਾਹਰ ਹੀ ਉੱਥੇ ਹੀ ਹੈ, ਉਹ ਨਾਲ ਦੀ ਬਿਲਡਿੰਗ ਤੁਹਾਨੂੰ ਪਤਾ ਹੀ ਹੈ, ਬਿਲਕੁਲ ਪੁਲਿਸ ਚਲੇ ਜਾਓ ਸਰ ਉੱਧਰ। ਜੀ ਇਹ ਸੀ ਬਠਿੰਡਾ ਏਅਰਪੋਰਟ 'ਤੇ ਸਾਡੀ ਬੁਕਿੰਗ ਸੀਗੀ ਅੱਜ ਦੀ, ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇਅ ਕਰਤੀ, ਡਿਲੇਅ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਕਹਿ ਤਾ ਬਈ ਕੈਂਸਲ ਹੋ ਗਈ। ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ, ਆਪਣਾ ਮਲੇਸ਼ੀਆ ਲਈ, ਅਤੇ ਉਸ ਕਰਕੇ ਸਾਨੂੰ ਹੁਣ ਕੈਂਸਲ ਕਰਨੀ ਪਈ। ਕੈਂਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਏਗੀ, ਇਸ ਕਰਕੇ ਸਾਨੂੰ ਸਾਡਾ ਜੋ ਹਰਜਾਨਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ, ਸਾਡਾ 20-25 ਹਜ਼ਾਰ ਰੁਪਇਆ ਐਵੇਂ ਗਿਆ ਮੇਰੇ ਬਜ਼ੁਰਗ। ਉਸ ਲਈ ਏਅਰਪੋਰਟ ਅਥੋਰਟੀ ਨੂੰ ਅਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਅਤੇ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਅਤੇ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 20-25 ਜਣੇ ਜਿਹੜੇ ਜਿਨ੍ਹਾਂ ਦੇ ਅੱਗੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ, ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਂਸਲ ਹੋ ਗਈ ਹੈ, ਉਹਨਾਂ ਨੂੰ ਬਹੁਤ ਦੁੱਖ ਹੋਇਆ ਅਤੇ ਸਾਰੇ ਵਿਚਾਰੇ ਹੁਣ ਬਸ ਚੱਲੇ ਇੱਥੋਂ ਜੀ। ਇੱਥੇ ਆਏ, ਇੱਥੇ ਘੰਟਾ ਅਸੀਂ ਵੇਟ ਫੇਅਰ ਕਰ ਰਹੇ ਹਾਂ ਅਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਂਸਲ ਹੋ ਗਈ। ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ, ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸੀ ਮਲੇਸ਼ੀਆ ਵਾਲੀ ਉਹ ਵੀ ਲਗਭਗ ਕੈਂਸਲ ਹੋ ਗਈ, ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਠਿੰਡੇ ਤੋਂ, ਅਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ। ਏਅਰਪੋਰਟ ਅਥਾਰਟੀ, ਬਠਿੰਡਾ ਏਅਰਲਾਈਨ ਇਹਨਾਂ ਹਰਜਾਨਾ ਭਰੇ ਅਤੇ ਇਹਨਾਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਏਅਰਪੋਰਟ ਅਥਾਰਟੀ ਨੂੰ, ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ। ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ, ਜਿਨ੍ਹਾਂ ਦੇ ਦਿੱਲੀ ਕੱਲ੍ਹ ਇੰਟਰਵਿਊ ਸੀ, ਕਈ ਤਰ੍ਹਾਂ ਦੇ ਪੇਪਰ ਸੀ, ਕਿਸੇ ਨੇ ਹੋਰ ਅੱਗੇ ਇੰਟਰਨੈਸ਼ਨਲ ਫਲਾਈਟ 'ਤੇ ਜਾਣਾ ਸੀ। ਬਹੁਤ ਵੱਡਾ ਇਹਨਾਂ ਨੇ ਅਣਗਹਿਲੀ ਵਰਤੀ ਹੈ ਅਤੇ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਬਠਿੰਡਾ ਏਅਰਪੋਰਟ 'ਤੇ ਸਾਡੀ ਬੁਕਿੰਗ ਸੀਗੀ ਅੱਜ ਦੀ, ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇਅ ਕਰਤੀ, ਡਿਲੇਅ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਕਹਿ ਤਾ ਬਈ ਕੈਂਸਲ ਹੋ ਗਈ। ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ, ਆਪਣਾ ਮਲੇਸ਼ੀਆ ਲਈ, ਅਤੇ ਉਸ ਕਰਕੇ ਸਾਨੂੰ ਹੁਣ ਕੈਂਸਲ ਕਰਨੀ ਪਈ। ਕੈਂਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਏਗੀ, ਇਸ ਕਰਕੇ ਸਾਨੂੰ ਸਾਡਾ ਜੋ ਹਰਜਾਨਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ, ਸਾਡਾ 20-25 ਹਜ਼ਾਰ ਰੁਪਇਆ ਐਵੇਂ ਗਿਆ ਮੇਰੇ ਬਜ਼ੁਰਗ। ਉਸ ਲਈ ਏਅਰਪੋਰਟ ਅਥਾਰਟੀ ਨੂੰ ਅਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਅਤੇ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਅਤੇ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 20-25 ਜਣੇ ਜਿਹੜੇ ਜਿਨ੍ਹਾਂ ਦੇ ਅੱਗੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ, ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਂਸਲ ਹੋ ਗਈ ਹੈ, ਉਹਨਾਂ ਨੂੰ ਬਹੁਤ ਦੁੱਖ ਹੋਇਆ ਅਤੇ ਸਾਰੇ ਵਿਚਾਰੇ ਹੁਣ ਬਸ ਚੱਲੇ ਇੱਥੋਂ ਜੀ। ਇੱਥੇ ਆਏ, ਇੱਥੇ ਘੰਟਾ ਅਸੀਂ ਵੇਟ ਫੇਅਰ ਕਰ ਰਹੇ ਹਾਂ ਅਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਂਸਲ ਹੋ ਗਈ। ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ, ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸੀ ਮਲੇਸ਼ੀਆ ਵਾਲੀ ਉਹ ਵੀ ਲਗਭਗ ਕੈਂਸਲ ਹੋ ਗਈ, ਕਿਉਂਕਿ ਇੱਥੋਂ
ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਠਿੰਡੇ ਤੋਂ, ਅਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ। ਏਅਰਪੋਰਟ ਅਥਾਰਟੀ, ਬਠਿੰਡਾ ਏਅਰਲਾਈਨ, ਇਹਨਾਂ ਹਰਜਾਨਾ ਭਰੇ ਅਤੇ ਇਹਨਾਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਏਅਰਪੋਰਟ ਅਥਾਰਟੀ ਨੂੰ, ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ, ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ। ਜਿਨ੍ਹਾਂ ਦੇ ਦਿੱਲੀ ਕੱਲ੍ਹ ਇੰਟਰਵਿਊ ਸੀ, ਕਈ ਤਰ੍ਹਾਂ ਦੇ ਪੇਪਰ ਸੀ, ਕਿਸੇ ਨੇ ਹੋਰ ਅੱਗੇ ਇੰਟਰਨੈਸ਼ਨਲ ਫਲਾਈਟ 'ਤੇ ਜਾਣਾ ਸੀ, ਬਹੁਤ ਵੱਡਾ ਇਹਨਾਂ ਨੇ ਅਣਗਹਿਲੀ ਵਰਤੀ ਹੈ ਅਤੇ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ।